ਹੈਲੋ ਵੈਲਕਮ ਟੂ ਆਲ ਇਨ ਮਾਈ ਚੈਨਲ ਕਨਸੈਪਟ ਗੁਰੂ ਇੱਕਗੇ ਤੇ ਮੈਂ ਹਾਂ ਤੁਹਾਡਾ ਹੋਸਟ ਅਸ਼ਵਨੀ ਕੁਮਾਰ ਪਿਆਰੇ ਵਿਦਿਆਰਥੀਓ ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਤੇ 12ਵੀਂ ਦੀਆਂ ਸਾਲਾਨਾ ਪ੍ਰੀਖਿਆਵਾਂ ਅੱਗੇ ਪਾ ਦਿੱਤੀਆਂ ਨੇ ਭਾਵ ਪੋਸਟਪੋਨ ਕਰ ਦਿੱਤੀਆਂ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ 12ਵੀਂ ਕਲਾਸ ਦੇ ਸਾਲਾਨਾ ਇਮਤਿਹਾਨ ਪੰਜਾਬ ਸਕੂਲ ਸਿੱਖਿਆ ਬੋਰਡ ਦੇ 22 ਮਾਰਚ ਤੋਂ ਸ਼ੁਰੂ ਸਨ ਜਿਹੜੇ ਹੁਣ ਅੱਗੇ ਪੈ ਗਏ ਨੇ ਆਓ ਆਪਾਂ ਸਭ ਤੋਂ ਪਹਿਲੇ 12ਵੀਂ ਦੀ ਡੇਟਸ਼ੀਟ ਦੀ ਗੱਲ ਕਰਦੇ ਆ 12ਵੀਂ ਦੀ ਡੇਟਸ਼ੀਟ ਜਿਹੜੀ ਐ ਉਹ ਤੁਹਾਡੇ ਸਾਹਮਣੇ ਮੈਂ ਪੇਸ਼ ਕਰਨ ਜਾ ਰਿਹਾ ਹਾਂ ਆ 12ਵੀਂ ਜਮਾਤ ਦੀ ਡੇਟਸ਼ੀਟ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਜਿਹੜੀ ਡੇਟਸ਼ੀਟ ਜਾਰੀ ਕੀਤੀ ਐ ਨਵੀਂ ਡੇਟਸ਼ੀਟ 20 ਅਪ੍ਰੈਲ ਤੋਂ ਪੇਪਰ ਸ਼ੁਰੂ ਹੋਣ ਜਾ ਰਹੇ ਨੇ ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਹਾਂ ਹਿਮਨਿਟੀਜ਼ ਸਾਇੰਸ ਗਰੁੱਪ ਕਮਰਸ ਤੇ ਐਗਰੀਕਲਚਰ ਗਰੁੱਪ ਦੀ ਡੇਟਸ਼ੀਟ ਵੋਕੇਸ਼ਨ ਦੀ ਡੇਟਸ਼ੀਟ ਤੁਸੀਂ ਨੋਟੀਫਿਕੇਸ਼ਨ ਤੇ ਦੇਖ ਲਿਓ ਬੋਰਡ ਦੀ ਵੈਬਸਾਈਟ ਤੇ ਤੁਸੀਂ ਦੇਖ ਸਕਦੇ ਹੋ ਵੋਕੇਸ਼ਨ ਦੀ ਡੇਟ ਸੀਟ ਦੇਖ ਲਿਓ ਇਹ ਸਿਰਫ ਮੈਹਮੈਂਟੀ ਦੇ ਨੇ ਸਾਰੀਆਂ ਹੀ ਪ੍ਰੀਖਿਆਵਾਂ ਜਿਹੜੀਆਂ ਨੇ ਪੋਸਟਪੋਨ ਕੀਤੀਆਂ ਨੇ ਸੋ 12ਵੀਂ ਦੇ ਇਮਤਿਹਾਨ ਜਿਹੜੇ ਨੇ ਫਾਈਨਲ ਐਗਜ਼ਾਮੀਨੇਸ਼ਨ April May 212 ਤੋਂ ਸ਼ੁਰੂ ਹੋਣਗੇ ਸ਼ਾਮ ਦਾ ਸਮਾਂ ਰਹੇਗਾ ਓਪਨ ਸਮੇਤ ਪੇਪਰ ਦਾ ਸਮਾਂ 3 ਘੰਟੇ ਰਹੇਗਾ ਤੇ ਸਵਾਗਤ ਜ਼ਿੰਦਗੀ ਤੇ ਐਨਐਸਕਯੂਐਫ ਦੇ ਪੇਪਰ ਜਿਹੜੇ ਨੇ ਉਹ 2 ਘੰਟੇ ਦੇ ਰਹਿਣਗੇ ਪਿਖਿਆਰਥੀਆਂ ਨੂੰ OMR ਸ਼ੀਟ ਭਰਨ ਲਈ 15 ਮਿੰਟ ਐਕਸਟਰਾ ਮਿਲਣਗੇ। ਸੋ ਪ੍ਰੀਖਿਆ ਦਾ ਸਮਾਂ ਜਿਹੜਾ ਵਾ ਪੈਰੇ ਵਿਦਿਆਰਥੀ ਉਹ 2 ਵਜੇ ਤੋਂ ਲੈ ਕੇ 5 ਸਵਾ 5 ਵਜੇ ਤੱਕ ਰਹੇਗਾ। ਸੋ ਆਓ ਆਪਾਂ ਦੇਖੀਂ ਡੇਟ ਸ਼ੀਟ 20 April ਮੰਗਲਵਾਰ ਨੂੰ 20 April ਮੰਗਲਵਾਰ ਨੂੰ ਹਿਮਨਟੀਜ਼ ਆਰਟਸ ਗਰੁੱਪ ਦੇ ਪੇਪਰ ਜਿਹੜੇ ਨੇ ਫਿਲਾਸਫੀ ਆ ਬੁੱਕ ਕੀਪਿੰਗ ਐਂਡ ਅਕਾਊਂਟੈਂਸੀ ਆ ਕਪਾਰਟਮੈਂਟਾਂ ਵਾਸਤੇ ਜਿਓਮੈਟ੍ਰੀਕਲ ਪ੍ਰੋਸਪੈਕਟਿਵ ਆਰਟਿਕ आरटी टेक्सचरल ड्राइंग हिस्ट्री ਅਤੇ ਅਪਰੀਸ਼ੀਏਸ਼ਨ ਆਫ ਆਰਟਸ ਤੇ ਅਕਾਊਂਟਸ ਦਾ ਪੇਪਰ ਆਏਗਾ ਆਰਟਸ ਵਾਸਤੇ ਸਾਇੰਸ ਦਾ ਪੇਪਰ ਨਹੀਂ ਹੈ ਕਮਰਸ ਗਰੁੱਪ ਦਾ ਅਕਾਊਂਟੈਂਸੀ 2 ਦਾ ਪੇਪਰ ਜਿਹੜਾ ਵਾ ਉਸ ਦਿਨ ਰਹੇਗਾ ਇਸੇ ਤਰ੍ਹਾਂ 22 April ਨੂੰ ਹਿਸਟਰੀ ਦਾ ਪੇਪਰ ਹੋਏਗਾ ਆਰਟਸ ਵਿੱਚ ਸਾਇੰਸ ਵਿੱਚ ਕੈਮਿਸਟਰੀ ਦਾ ਹੋਏਗਾ ਕਮਰਸ ਗਰੁੱਪ ਵਿੱਚ ਬਿਜ਼ਨਸ ਇਕਨੋਮਿਕਸ ਐਂਡ ਕੁਆਂਟੀਟੇਟਿਵ ਮੈਥਡਸ ਤੇ ਨਾਲ ਇੱਕ ਕਪਾਰਟਮੈਂਟ ਵਾਸਤੇ ਜਿਹੜਾ ਪੇਪਰ ਹੈ ਇਹ ਹੋਏਗਾ ਇਸੇ ਤਰ੍ਹਾਂ ਕੈਮਿਸਟਰੀ ਦਾ ਪੇਪਰ ਹੋਏਗਾ ਐਗਰੀਕਲਚਰ ਗਰੁੱਪ ਲਈ ਪਿਆਰੇ ਵਿਦਿਆਰਥੀ ਉਹ ਅਗਲਾ ਪੇਪਰ ਜਿਹੜਾ 23 ਅਪ੍ਰੈਲ ਨੂੰ ਹੋਏਗਾ ਸੰਸਕ੍ਰਿਤ ਬਿਜ਼ਨਸ ਆਰਟਸ ਵਿੱਚ ਸੰਸਕ੍ਰਿਤ ਹੋਏਗਾ ਬਿਜ਼ਨਸ ਆਰਗੇਨਾਈਜੇਸ਼ਨ ਐਂਡ ਮੈਨੇਜਮੈਂਟ ਕੇਵਲ ਕਪਾਰਟਮੈਂਟ ਵਾਸਤੇ ਤੇ ਗੁਰਮੁਤ ਸੰਗੀਤ ਸਾਈਕੋਲੋਜੀ ਹੋਏਗਾ ਤੇ ਇਸੇ ਤਰ੍ਹਾਂ ਆ ਸਾਇੰਸ ਗਰੁੱਪ ਵਾਸਤੇ ਵੀ ਜਿਹੜਾ ਸੰਸਕ੍ਰਿਤ ਦਾ ਪੇਪਰ ਹੋਏਗਾ ਹੋਰ ਹੋਰ ਬਾਕੀ ਸਟਰੀਮ ਦਾ ਪੇਪਰ ਨਹੀਂ ਹੈ ਇਸੇ ਤਰ੍ਹਾਂ 26 ਅਪ੍ਰੈਲ ਨੂੰ ਜਰਨਲ ਅੰਗਰੇਜ਼ੀ ਪੇਪਰ ਸਾਰੇ ਸਟਰੀਮ ਲਈ ਆਰਟਸ ਵੀ ਸਾਇੰਸ ਵੀ ਜਰਨਲ ਪੰਜਾਬੀ ਅੰਗਰੇਜ਼ੀ ਕਾਮਰਸ ਵੀ ਜਰਨਲ ਅੰਗਰੇਜ਼ੀ ਤੇ ਐਗਰੀਕਲਚਰ ਵੀ ਜਰਨਲ ਅੰਗਰੇਜ਼ੀ ਸਾਰਿਆਂ ਲਈ ਜਰਨਲ ਪੇਪਰ ਹੈ 26 ਅਪ੍ਰੈਲ ਨੂੰ ਨੈਕਸਟ ਪੇਪਰ ਜਿਹੜਾ ਵਾ 27 ਅਪ੍ਰੈਲ ਨੂੰ ਆਰਟਸ ਲਈ ਹੋਮ ਸਾਇੰਸ ਹੈ ਹਿਮਨਟਰੀਜ਼ ਲਈ ਹੋਮ ਸਾਇੰਸ ਤੇ ਸਾਇੰਸ ਲਈ ਵੀ ਹੋਮ ਸਾਇੰਸ ਹੈ 28 April ਨੂੰ ਜਨਰਲ ਪੰਜਾਬੀ ਪੇਪਰ ਹੋਏਗਾ ਤੇ ਦੂਜਾ ਪੰਜਾਬ ਹਿਸਟਰੀ ਐਂਡ ਕਲਚਰ ਜਿਹਨਾਂ ਜਨਰਲ ਪੰਜਾਬੀ ਨਹੀਂ ਪੜ੍ਹਨੀ ਆ ਆਰਟਸ ਵਾਸਤੇ ਵੀ ਸਾਇੰਸ ਵਾਸਤੇ ਵੀ ਕਮਰਸ ਲਈ ਵੀ ਤੇ ਐਗਰੀਕਲਚਰ ਲਈ ਵੀ ਸੇਮ ਪੇਪਰ ਹੋਏਗਾ ਸਾਰਿਆਂ ਦਾ ਇਸੇ ਤਰ੍ਹਾਂ 29 April ਨੂੰ ਫਿਜ਼ੀਕਲ ਐਜੂਕੇਸ਼ਨ ਐਂਡ ਸਪੋਰਟਸ ਦਾ ਪੇਪਰ ਹੋਏਗਾ ਆਰਟਸ ਲਈ 3 ਅਪ੍ਰੈਲ ਸ਼ੁੱਕਰਵਾਰ ਨੂੰ ਪਬਲਿਕ ਐਡਮ ਦਾ ਪੇਪਰ ਹੋਏਗਾ ਤੇ ਬਿਜ਼ਨਸ ਸਟੱਡੀਜ਼ ਹੋਏਗਾ ਆਰਟਸ ਲਈ ਤੇ ਕਮਰਸ਼ੀਅਲੀ ਵੀ ਬਿਜ਼ਨਸ ਸਟੱਡੀਜ਼ ਪੇਪਰ ਹੋਏਗਾ 1 ਮਈ ਨੂੰ ਸ਼ਨੀਵਾਰ ਐਨ ਐਸ ਕਿਊ ਐਫ ਦੇ ਵਿਸ਼ੇ ਜਿਹੜੇ ਨੇ ਪਰਚੂਨ ਆਟੋਮੋਬਾਈਲ ਸਿਹਤ ਸੰਭਾਲ ਸੂਚਨਾ ਟੈਕਨੋਲੋਜੀ ਸੁਰੱਖਿਆ ਖੂਬਸੂਰਤੀ ਤੇ ਤੰਦਰੁਸਤੀ ਯਾਤਰਾ ਤੇ ਸੈਰਸਪਾਟਾ ਸਰੀਰ ਸਿੱਖਿਆ ਤੇ ਖੇਡਾਂ ਖੇਤੀਬਾੜੀ ਐਨ ਐਸ ਕਿਊ ਐਫ ਵਾਲੀ ਅਪ੍ਰੈਲ ਉਸਾਰੀ ਤੇ ਪਲੰਬਿੰਗ ਦਾ ਪੇਪਰ ਜਿਹੜਾ ਹੋਏਗਾ 1 ਮਈ ਨੂੰ ਸੋ ਡੀਅਰ ਸਟੂਡੈਂਟਸ 3 ਮਈ ਦੀ ਗੱਲ ਕਰ ਲਈਏ 3 ਮਈ 2121 ਨੂੰ ਆਰਟਸ ਦਾ ਪੇਪਰ ਜਿਹੜਾ ਵਾ ਰਿਲੀਜੀਅਨ ਰਿਲੀਜੀਅਨ ਹੋਏਗਾ 뮤జిక్ ਹੋਏਗਾ 뮤జిక్ ਇਨਸਟ੍ਰੂਮੈਂਟਲ ਅਰਬੀ ਫ੍ਰੈਂਚ ਜਰਮਨ ਰੂਰਲ ਡਿਵੈਲਪਮੈਂਟ ਐਂਡ ਯੂ نو এনਵਾਇਰਨਮੈਂਟ ਤੇ ਮੀਡੀਆ ਸਟੱਡੀਜ਼ ਬਾਇਓ ਦਾ ਪੇਪਰ ਬਾਇਓਲੋਜੀ ਦਾ ਪੇਪਰ ਹੋਏਗਾ ਸਾਇੰਸ ਲਈ মিডিਆ ਸਟੱਡੀਜ਼ ਦਾ ਪੇਪਰ ਹੋਏਗਾ ਕਮਰਸ ਲਈ ਤੇ ਰੂਰਲ ਡਵੈਲਪਮੈਂਟ ਐਂਡ এনवायरमेंट ਪੇਪਰ ਹੋਏਗਾ ਐਗਰੀਕਲਚਰ ਲਈ ਸੋ ਪਿਆਰੇ ਵਿਦਿਆਰਥੀ ਉਸ ਤੋਂ ਬਾਅਦ 4 ਮਈ ਨੂੰ 44 ਪੰਜਾਬੀ 44 ਹਿੰਦੀ ਅੰਗਰੇਜ਼ੀ 44 ਤੇ ਉਰਦੂ ਦਾ ਪੇਪਰ ਹੋਏਗਾ ਆਰਟਸ ਦੇ ਵਿਦਿਆਰਥੀਆਂ ਲਈ 5 ਮਈ ਨੂੰ 5 ਮਈ 2021 ਨੂੰ ਵਾਤਾਵਰਣ ਸਿੱਖਿਆ ਦਾ ਪੇਪਰ ਹੋਏਗਾ ਸਾਰੇ ਸਟਰੀਮ ਲਈ ਆਰਟਸ ਲਈ ਵੀ ਸਾਇੰਸ ਲਈ ਵੀ ਕਾਮਰਸ ਲਈ ਵੀ ਤੇ ਐਗਰੀਕਲਚਰ ਲਈ ਵੀ ਵੀਰਵਾਰ 6 ਮਈ ਨੂੰ ਪੇਪਰ ਕੰਪਿਊਟਰ ਐਪਲੀਕੇਸ਼ਨ ਹੋਏਗਾ ਸਾਰੇ ਸਟਰੀਮਸ ਲਈ ਵੀ ਆਰਟਸ ਵੀ ਸਾਇੰਸ ਵੀ ਕਾਮਰਸ ਵੀ ਤੇ ਐਗਰੀਕਲਚਰ ਵੀ 6 ਮਈ ਤੋਂ ਬਾਅਦ 7 ਮਈ ਨੂੰ ਪੇਪਰ ਜਿਹੜਾ ਹੈ ਸ਼ੁੱਕਰਵਾਰ ਆਰਟਸ ਲਈ ਡਾਂਸ ਡਿਫੈਂਸ ਸਟੱਡੀਜ਼ ਤੇ ਐਗਰੀਕਲਚਰ ਸਾਇੰਸ ਲਈ ਐਗਰੀਕਲਚਰ ਤੇ ਐਗਰੀਕਲਚਰ ਵਾਸਤੇ ਵੀ ਐਗਰੀਕਲਚਰ ਪੇਪਰ ਹੋਏਗਾ 10 ਮਈ ਨੂੰ ਪੋਲੀਟੀਕਲ ਸਾਇੰਸ ਰਾਜਨੀਤੀ ਸ਼ਾਸਤਰ ਦਾ ਪੇਪਰ ਹੋਏਗਾ 10 ਮਈ ਨੂੰ ਸਾਇੰਸ ਲਈ ਫਿਜ਼ਿਕਸ ਦਾ ਪੇਪਰ ਹੋਏਗਾ ਫਿਜ਼ਿਕਸ ਤੇ ਐਗਰੀਕਲਚਰ ਵਾਸਤੇ ਵੀ ਫਿਜ਼ਿਕਸ ਦਾ ਪੇਪਰ ਹੋਏਗਾ 11 ਮਈ ਨੂੰ ਸਵਾਗਤ ਜ਼ਿੰਦਗੀ ਪੇਪਰ ਸਾਰਿਆਂ ਲਈ ਕੰਪਲਸਰੀ ਪੇਪਰ ਹੈ ਸਾਇੰਸ ਆਰਟਸ ਲਈ ਵੀ ਸਾਇੰਸ ਲਈ ਵੀ ਕਮਰਸ਼ਲ ਲਈ ਵੀ ਤੇ ਐਗਰੀਕਲਚਰ ਲਈ ਵੀ 12 ਮਈ ਨੂੰ ਕੰਪਿਊਟਰ ਸਾਇੰਸ ਪੇਪਰ ਵੀ ਕੰਪਲਸਰੀ ਪੇਪਰ ਹੈ ਸਾਰੇ ਸਟਰੀਮ ਲਈ ਕੰਪਿਊਟਰ ਸਾਇੰਸ ਕੰਪਲਸਰੀ ਪੇਪਰ ਸਾਰਿਆਂ ਦਾ ਹੋਏਗਾ 13 ਮਈ ਨੂੰ ਨੈਸ਼ਨਲ ਕ੍ਰੈਡਿਟ ਕੋਪਸ ਦਾ ਪੇਪਰ ਹੋਏਗਾ ਆਰਟਸ ਲਈ ਸਾਇੰਸ ਲਈ ਵੀ ਕਮਰਸ ਲਈ ਵੀ ਤੇ ਜਿਹੜੇ ਐਗਰੀਕਲਚਰ ਸਟੂਡੈਂਟਸ ਨੇ ਉਹਨਾਂ ਲਈ ਵੀ 15 ਮਈ ਨੂੰ 15 ਮਈ ਨੂੰ ਗਣਿਤ ਦਾ ਮੈਥਸ ਮੈਥਮੈਟਿਕਸ ਦਾ ਪੇਪਰ ਹੋਏਗਾ ਸਾਰੇ ਗਰੁੱਪਾਂ ਲਈ ਵੀ ਆਰਟਸ ਲਈ ਵੀ ਸਾਇੰਸ ਲਈ ਮੈਥਮੈਟਿਕਸ ਕਮਰਸ ਲਈ ਵੀ ਮੈਥਮੈਟਿਕਸ ਤੇ ਐਗਰੀਕਲਚਰ ਲਈ ਵੀ ਮੈਥਮੈਟਿਕਸ दैट इज ਗਣਿਤ ਦਾ ਪੇਪਰ ਹੋਏਗਾ 17 ਮਈ ਨੂੰ ਪਿਆਰੇ ਵਿਦਿਆਰਥੀਓ ਜਿਹੜਾ ਜੀਓਗ੍ਰਾਫੀ ਪੇਪਰ ਹੋਏਗਾ ਆਰਟਸ ਲਈ ਜੀਓਗ੍ਰਾਫੀ ਦਾ ਹੀ ਪੇਪਰ ਸਾਇੰਸ ਲਈ ਤੇ ਐਗਰੀਕਲਚਰ ਲਈ 18 ਮਈ ਨੂੰ 뮤직 ਤਬਲਾ ਹੋਏਗਾ ਆ ਆਰਟਸ ਲਈ ਤੇ ਫੰਡਾਮੈਂਟਲਸ ਆਫ ਈ ਬਿਜ਼ਨਸ ਜਿਹੜਾ ਵਾ ਇਹ ਪੇਪਰ ਹੋਏਗਾ ਕਮਰਸ ਲਈ ਇਸੇ ਤਰ੍ਹਾਂ 19 ਮਈ ਨੂੰ 뮤직 뮤직 ਵੋਕਲ ਹੋਏਗਾ 21 ਮਈ ਨੂੰ ਇਕਨੋਮਿਕਸ ਪੇਪਰ ਹੋਏਗਾ ਆਰਟਸ ਲਈ ਸਾਰੇ ਵਿਸ਼ਿਆਂ ਲਈ ਆਰਟਸ ਵੀ ਸਾਇੰਸ ਵੀ ਇਕਨੋਮਿਕਸ ਵੀ ਤੇ ਦੂਜਾ ਇਕਨੋਮਿਕਸ ਵੀ ਐਗਰੀਕਲਚਰ ਵਾਸਤੇ ਵੀ ਤੇ ਕਮਰਸ ਲਈ ਵੀ 24 ਮਈ ਨੂੰ ਸੋਸ਼ੀਓਲੋਜੀ ਦਾ ਪੇਪਰ ਹੋਏਗਾ ਸੋ ਇਹ ਸੀਗੇ ਆ ਪਿਆਰੇ ਵਿਦਿਆਰਥੀਓ ਜਿਹੜੇ ਐਗਜ਼ਾਮੀਨੇਸ਼ਨ ਨੇ ਜਿਹੜੇ ਪੇਪਰ ਨੇ ਵੋਕੇਸ਼ਨ ਦੀ ਡੇਟ ਸ਼ੀਟ ਜਿਹੜੀ ਆ ਉਹ ਤੁਸੀਂ ਬੋਰਡ ਦੀ ਸਾਈਟ ਤੋਂ ਦੇਖ ਸਕਦੇ ਹੋ ਆਪਾਂ ਹਮੈਂਟਿਸ ਸਾਇੰਸ ਗਰੁੱਪ ਤੇ ਕਮਰਸ ਗਰੁੱਪ ਤੇ ਐਗਰੀਕਲਚਰ ਗਰੁੱਪ ਦੇ ਡੇਟ ਸ਼ੀਟ ਤੁਹਾਡੇ ਨਾਲ ਸਾਂਝੀ ਕੀਤੀ ਹੈ 20 April ਤੋਂ ਲੈ ਕੇ 24 May ਤੱਕ ਜਿਹੜੇ ਪੇਪਰ ਨੇ ਸੋ ਪਿਆਰੇ ਵਿਦਿਆਰਥੀ ਤੁਹਾਡੇ ਹੁਣੇ ਨੇ ਡੇਟ ਸ਼ੀਟ ਤੁਹਾਡੇ ਨਾਲ ਮੈਂ ਸਾਂਝੀ ਕਰ ਦਿੱਤੀ ਆ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਪੋਲੀਟੀਕਲ ਸਾਇੰਸ ਨਾਲ ਸੰਬੰਧਿਤ ਸਾਰੇ ਵਿਸ਼ਿਆਂ ਦਾ ਪਲੱਸ 1 ਤੇ ਪਲੱਸ 2 ਦੇ ਲੈਕਚਰ ਮੇਰੇ ਵੀਡੀਓਸ ਤੇ ਨੇ ਉਪਲਬਧ ਨੇ ਤੁਸੀਂ ਸਾਰੇ ਦੇਖ ਸਕਦੇ ਹੋ ਥੈਂਕ ਯੂ ਵੈਰੀ ਮੱਚ ਇਹ ਕਰਤਾਰ ਨੂੰ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਸਾਰਿਆਂ ਨੂੰ ਜਰੂਰ ਕਰੋ ਤੇ ਸਬਸਕ੍ਰਾਈਬ ਵੀ ਜਰੂਰ ਕਰੋ ਥੈਂਕ ਯੂ